ਕੈਂਸਰ ਵਰਗੀ ਭਿਆਨਕ ਬਿਮਾਰੀ ਦੀ ਰਿਸਰਚ ਅਤੇ ਇਲਾਜ ਲਈ 50-50 ਫੰਡ ਇਰੇਜ਼ਰ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਇੱਕ ਵੱਖਰੇ ਅੰਦਾਜ਼ ਨਾਲ $30,000 ਦੀ ਰਕਮ ਇਕੱਠੀ ਕੀਤੀ ਗਈ। ਹੈਂਡ ਔਨ ਬੈਕ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਅਤੇ ਰਾਈਟ ਟੂ ਸਰਵਾਈਵ ਵੱਲੋਂ ਪਾਇਲ ਬਿਜ਼ਨਸ ਸੈਂਟਰ ਵਿੱਚ ਇੱਕ 50-50 ਵੀਕਐਂਡ ਫੰਡ ਰੇਜ਼ਰ ਆਰਗੇਨਾਈਜ਼ ਕੀਤਾ ਗਿਆ, ਜਿਸ ਵਿੱਚ ਕਿ 50 ਘੰਟੇ ਲਿਫਟ ਉੱਪਰ ਰਹਿ ਕੇ 50 ਘੰਟਿਆਂ ਦੇ ਵਿੱਚ ਕੈਂਸਰ ਰੀਸਰਚ ਦੇ ਲਈ $30,000 ਇਕੱਠੇ ਕੀਤੇ ਗਏ। ਬਿਲਕੁਲ ਜੀ, ਹਰ ਸਾਲ ਅਸੀਂ ਕੈਂਸਰ ਨੂੰ ਬੀਟ ਕਰਨ ਵਾਸਤੇ, ਕੈਂਸਰ ਦੀ ਰਿਸਰਚ ਵਾਸਤੇ ਫੰਡ ਰੇਜ਼ ਕਰਦੇ ਹਾਂ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ। ਸਾਡੇ ਸਾਥੀ ਅਮਰਜੀਤ, ਉਹਨਾਂ ਨਾਲ ਦੋ ਡੈਲਟਾ ਪੁਲਿਸ ਦੇ ਨੌਜਵਾਨ ਜਿਹੜੇ ਆ 50 ਘੰਟੇ 50 ਫੁੱਟ ਉੱਚੀ ਲਿਫਟ ਦੇ ਉੱਪਰ ਰਹਿਣਗੇ। ਉਹ ਆਪਣੇ ਆਪ ਨੂੰ ਸਫਰਿੰਗ ਲੈਣ ਦਾ ਮੰਤਵ ਇਹੀ ਹੈ ਕਿ ਆਪਣੇ ਆਪ ਨੂੰ ਦੁੱਖ ਪਹੁੰਚਾ ਕੇ ਆਪਣੇ ਜਿਹੜੇ ਕੈਂਸਰ ਦੇ ਰੋਗੀਆਂ ਨੂੰ ਇੰਨਾ ਦੁੱਖ ਹੁੰਦਾ ਹੈ ਉਹਨੂੰ ਥੋੜ੍ਹਾ ਮਹਿਸੂਸ ਕਰ ਸਕੀਏ ਅਤੇ ਉਹਨਾਂ ਰੋਗੀਆਂ ਵਾਸਤੇ ਅਤੇ ਫਿਊਚਰ ਦੇ ਵਿੱਚ ਇਹ ਦੁੱਖ ਕਿਸੇ ਨਾ ਆਵੇ, ਕੈਂਸਰ ਦੀ ਟ੍ਰੀਟਮੈਂਟ ਲੱਭੀ ਜਾ ਸਕੇ, ਹੋਰ ਬੈਟਰ ਕੀਤਾ ਜਾ ਸਕੇ, ਉਹਦੇ ਲਈ ਫੰਡ ਰੇਜ਼ ਕੀਤੇ ਜਾ ਰਹੇ ਆ। ਸੋ ਅੱਜ ਸਾਰੀ ਕਮਿਊਨਿਟੀ ਸਾਥ ਦੇ ਰਹੀ ਹੈ ਔਰ ਅਸੀਂ ਲਾਸਟ ਈਅਰ ਇਸੇ ਜਗ੍ਹਾ 'ਤੇ $25,000 ਇਕੱਠਾ ਕੀਤਾ ਸੀਗਾ ਔਰ ਇਸ ਸਾਲ 50 ਘੰਟੇ ਦੇ ਵਿੱਚ ਅਸੀਂ 25,000 ਨੂੰ ਬੀਟ ਕਰਨਾ ਚਾਹੁੰਦੇ ਹਾਂ, ਉਸ ਤੋਂ ਵੀ ਵੱਧ ਫੰਡ ਰੇਜ਼ ਕਰਨਾ ਚਾਹੁੰਦੇ ਹਾਂ। ਬੜੇ ਖੁਸ਼ੀ ਹੋ ਰਹੀ ਹੈ ਜੀ ਕਿ ਜੋ ਸਾਨੂੰ ਰਿਸਪੌਂਸ ਮਿਲ ਰਿਹਾ, ਹੁਣ ਤੱਕ ਕੁਛ ਘੰਟੇ ਪਹਿਲਾਂ ਹੀ ਇਹ ਸ਼ੁਰੂ ਹੋਇਆ, ਅਸੀਂ 4,000 ਦੇ ਤੋਂ ਵੀ ਵੱਧ ਟਾਰਗੇਟ ਪੂਰਾ ਕਰ ਚੁੱਕੇ ਹਾਂ। ਜਿਵੇਂ ਬਿਨੇ ਭਾਈ ਨੇ ਤੁਹਾਨੂੰ ਦੱਸਿਆ ਕਿ ਸਾਡਾ 25,000 ਦਾ ਟੋਟਲ ਟਾਰਗੇਟ ਆ, ਜਿਹੜਾ ਕਿ ਹੋਪਫੁਲੀ ਅਸੀਂ ਕੱਲ੍ਹ ਸ਼ਾਮ ਤੱਕ ਸ਼ਾਇਦ ਪੂਰਾ ਕਰ ਲਈਏ, ਲੇਕਿਨ ਸਾਡੇ ਕੋਲ ਐਤਵਾਰ ਦਾ ਦਿਨ ਵੀ ਸਾਡੇ ਕੋਲ ਹੈਗਾ। ਸੋ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ। ਦੀਆਂ ਸ਼ੁਭ ਇੱਛਾਵਾਂ ਇਹਨਾਂ ਦੇ ਨਾਲ ਹਨ। ਮੈਂ ਇਹਨਾਂ ਲਈ ਦੁਆ ਕਰਦਾ ਹਾਂ ਕਿ ਵੱਧ ਤੋਂ ਵੱਧ ਚੰਦਾ ਇਕੱਠਾ ਕਰਨ ਅਤੇ ਜਿਹੜੇ ਕੈਂਸਰ ਦੇ ਪੇਸ਼ੈਂਟ ਆ ਜਾਂ ਉਹਨਾਂ ਦੇ ਜਿਹੜੀ ਰਿਸਰਚ ਚੱਲ ਰਹੀ ਆ ਉਹਨਾਂ 'ਤੇ ਲਾ ਸਕਣ।